ਜਿੱਥੇ ਅਨਿਲ ਜੋਸ਼ੀ ਦਾ ਵਿਰੋਧ ਹੋ ਰਿਹਾ ਉੱਥੇ ਹੁਣ ਸਮਾਜ ਸੇਵੀ ਨੇ ਜਿਹੜੇ ਉਹ ਅਨਿਲ ਜੋਸ਼ੀ ਦੇ ਸਮਰਥਨ ਦੇ ਵਿੱਚ ਉੱਤਰ ਆਏ। ਸਾਡੇ ਅੰਮ੍ਰਿਤਸਰ ਦੇ ਲੋਕਾਂ ਨੇ ਸ਼ਵੇਤ ਮਲਿਕ ਜਿਹੜੇ ਅੱਜ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਕੌਂਸਲਰ ਦੀ ਇਲੈਕਸ਼ਨ ਤੱਕ ਨਹੀਂ ਜਿਤਾਈ। ਏਡੇ ਕਾਮਯਾਬ ਲੀਡਰ ਨੇ ਜਿਹੜਾ ਬੰਦਾ ਇੱਕ ਕੌਂਸਲਰ ਦੀ ਇਲੈਕਸ਼ਨ ਹਾਰ ਗਿਆ, ਮਿਊਂਸੀਪਲ ਦੀ ਇਲੈਕਸ਼ਨ ਹਾਰ ਗਿਆ ਵਾ, ਦੱਸੋ ਮੈਨੂੰ ਵੀ ਉਹ ਪੰਜਾਬ ਦੀ ਰੀਪ੍ਰਜੈਂਟਿੰਗ ਕਿਸ ਤਰ੍ਹਾਂ ਕਰ ਦੇਣਗੇ ਉਹ ਲੋਕ। ਗੁਜਰਾਤੀ ਗੁਜਰਾਤ ਦੀ ਗੱਲ ਕਰ ਰਿਹਾ, ਬੰਗਾਲੀ ਬੰਗਾਲ ਦੀ ਗੱਲ ਕਰ ਰਿਹਾ, ਅਸੀਂ ਪੰਜਾਬੀ ਹਾਂ ਯਾਰ, ਇੰਨੀ ਤਾਂ ਸ਼ਰਮ ਕਰੋ ਤੁਸੀਂ। ਅੱਜ ਪੰਜਾਬ ਦੇ ਉੱਤੇ ਭੀੜ ਪਈ ਆ ਔਰ ਤੁਸੀਂ ਆਪਣੀਆਂ ਕੁਰਸੀਆਂ ਦੇ ਲਾਲਚ ਦੇ ਵਿੱਚ ਘਰਾਂ 'ਚ ਬਹਿ ਕੇ ਮੀਟਿੰਗਾਂ ਕਰਨ ਡੇ ਹੋ। ਤੁਹਾਨੂੰ ਕੋਈ ਹੁਣੇ ਕਹਿ ਰਿਹਾ ਸ਼ਵੇਤ ਮਲਿਕ ਜੀ ਨੂੰ ਵੀ ਗ੍ਰੀਨ ਐਵੀ ਨੂੰ ਮੀਟਿੰਗ ਕਰਨੀ ਆ, ਇਹ ਪਹਿਲਾਂ 2 ਘੰਟੇ ਪਹਿਲਾਂ ਉੱਥੇ ਬੰਦੇ ਭੇਜਦਾ ਵੀ ਯਾਰ ਉੱਥੇ ਕੋਈ ਕਿਸਾਨ ਤਾਂ ਨਹੀਂ ਆ, ਕੋਈ ਡੰਗ ਸੋਟੇ ਵਾਲੇ ਬੰਦੇ ਤਾਂ ਨਹੀਂ ਖਲੋਤੇ। ਲੋਕਾਂ ਜੁੱਤੀਆਂ ਮਾਰਨੀਆਂ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਸ਼ਰਮ ਨੂੰ ਇਹਨਾਂ ਨੂੰ ਹੱਥ ਮਾਰਨਾ ਚਾਹੀਦਾ। ਜਿਹੜੇ ਬੀਜੇਪੀ ਦੇ ਵੱਡੇ ਵੱਡੇ 60-60 ਬੰਦੇ ਸਿਕਿਉਰਟੀਆਂ ਦੇ ਲੈ ਕੇ ਤੁਸੀਂ ਘਰਾਂ 'ਚ ਬੈਠੇ ਹੋ ਅਤੇ ਤੁਸੀਂ ਕਹਿੰਦੇ ਅਸੀਂ ਪਾਰਟੀ ਦੇ ਵਿੱਚ ਜਿਹੜਾ ਸੀਐਮ ਬਣਾਉਣਾ, ਕਿਤਨਾ ਬਣ ਜੂਗਾ, ਘਰੇ ਬੈਠਿਆਂ ਥੋੜ੍ਹਾ ਬਣ ਜਾਣਾ। ਹਰਜੀਤ ਗਰੇਵਾਲ ਨੇ ਜਿਹੜਾ ਉਹ ਵੀ ਨਾਮੀ ਚਿਹਰਾ ਨੇ ਬੀਜੇਪੀ ਦੇ ਵਿੱਚ, ਨਾਮੀ ਚਿਹਰਾ ਹੈ, ਵੱਡਾ ਚਿਹਰਾ ਮੰਨਿਆ ਜਾਂਦਾ ਬੀਜੇਪੀ ਦਾ, ਪਰ ਉਹ ਵੀ ਜਿਹੜੇ ਨੇ ਅਨਿਲ ਜੋਸ਼ੀ ਨੂੰ ਵਾਰ ਵਾਰ ਚੇਤਾਵਨੀ ਦੇ ਰਹੇ ਨੇ ਕਿ ਤੁਸੀਂ ਜਿਹੜੇ ਬੀਜੇਪੀ ਪਾਰਟੀ ਦੇ ਵਿਰੋਧ ਵਿੱਚ ਨਾ ਬੋਲੋ, ਕਿਵੇਂ ਦੇਖਦੇ? ਇੱਕ ਨੰਬਰ ਦਾ ਚਵਲ ਬੰਦਾ ਜਿਹਦਾ ਤੁਸੀਂ ਨਾਂ ਲੈ ਦਿੱਤਾ, ਮੇਰੇ ਮਤਲਬ ਇਹ ਕੁਰਸੀਆਂ ਦੇ ਲਾ ਲਏ, ਇੱਕ ਨੇ ਰਾਜ ਸਭਾ ਦਾ ਮੈਂਬਰ ਬਣਿਆ ਪਿਆ ਵਾ, ਪਤਾ 5 ਕਰੋੜ ਦਾ ਕੋਟਾ ਹੁੰਦਾ ਇੱਕ ਐਮ ਪੀ ਦਾ ਸਾਲ ਦਾ, ਠੀਕ ਹੈ ਜੀ, ਪਲੱਸ ਨਾਲ 60-60 ਬੰਦੇ ਸਿਕਿਉਰਟੀ ਦੇ ਲਏ ਹੋਏ ਆ, ਇਹਨਾਂ ਨੂੰ ਲਾਲਚ ਜਿਹੜਾ ਵਾ ਉਹ ਨਹੀਂ ਛੱਡਣ ਡਿਆ। ਇਹ ਪੰਜਾਬ ਦੀ ਗੱਲ ਕਿੱਥੋਂ ਕਰਨੀ? 2000 ਵੋਟ ਨਹੀਂ ਪਈ ਇਹਨੂੰ ਕੌਂਸਲਰ ਦੀ ਇਲੈਕਸ਼ਨ 'ਚ, ਅਤੇ ਮੋਦੀ ਸਾਹਿਬ ਨੇ ਕਿੱਥੇ ਪੰਜਾਬ ਬਿਠਾ ਦਿੱਤਾ ਇਹਨੂੰ? ਰਾਜ ਸਭਾ ਮੈਂਬਰ ਬਹੁਤ ਵੱਡੀ ਅਸੈਂਬਲੀ ਹੁੰਦੀ ਸਾਡੇ ਹਿੰਦੁਸਤਾਨ ਦੀ, ਜਿੱਥੇ ਜਾ ਕੇ ਇਹਨੂੰ ਬੋਲਣ ਦਾ ਮੌਕਾ ਮਿਲਿਆ। ਪੰਜਾਬ ਦੀ ਗੱਲ ਕਰ ਲਾ ਯਾਰ, ਜੇ ਤੈਨੂੰ ਬਣਾ ਹੀ ਦਿੱਤਾ, ਜੇ ਮਾਲਕ ਨੇ ਤੈਨੂੰ ਬਖਸ਼ੀ ਦਿੱਤਾ। ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਗਿੱਟੇ ਚੱਟ ਚੱਟ ਕੇ ਜੋਸ਼ੀ ਸਾਹਿਬ ਦੇ ਇੱਥੋਂ ਦੀਆਂ ਪਹੁੰਚੇ ਕੌਂਸਲਰ ਬਣੇ ਆ, ਅਤੇ ਜਿਨ੍ਹਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਫੈਕਟਰੀਆਂ ਲਾ ਛੱਡੀਆਂ, ਮਤਲਬ ਵੀ ਜਿਹੜਾ ਬੰਦਾ ਲਫਾਫੇ ਲੈ ਕੇ ਮਾਰਕੀਟ 'ਚੋਂ ਲੈ ਕੇ ਵੇਚ ਲੈਂਦਾ, ਅੱਜ ਉਹਨੇ ਫੈਕਟਰੀ ਲਾ ਲਈ, ਔਰ ਉਹੀ ਬੰਦਾ ਅੱਜ ਗੱਲਾਂ ਕਰ ਪੰਜਾਬ ਬੀਜੇਪੀ ਵਾਲੇ ਨੇ ਉਹ ਵੀ ਇਲਜ਼ਾਮ ਲਾ ਰਹੇ ਨੇ ਜੋਸ਼ੀ ਸਾਹਿਬ ਦੇ ਕਿ ਸਿਰਫ ਪਿੱਚ ਤਿਆਰ ਕੀਤੀ ਜਾ ਰਹੀ ਹੈ, ਕਿਸਾਨਾਂ ਨੂੰ ਸਿਰਫ ਹਮਦਰਦੀ ਵਿੱਚ ਲਿਆ ਜਾ ਰਿਹਾ, 2022 ਦੇ ਜਿਹੜੇ ਚੁਣਾਵ ਨੇ ਉਸ ਨੂੰ ਲੈ ਕੇ ਜਿਹੜੀ ਸਾਰੀ ਪਿੱਚ ਬਣਾਈ ਜਾ ਰਹੀ ਹੈ। ਵੇਖੋ ਜੀ, ਆਪਣਾ ਕੈਰੀਅਰ ਦਾਅ ਤੇ ਲਾ ਕੇ ਪੰਜਾਬ ਦੀ ਗੱਲ ਕੀਤੀ ਉਹਨੇ, ਆਪਣਾ ਕੈਰੀਅਰ, ਮਤਲਬ ਇੱਕ ਵਾਰੀ MLA ਰਹੇ ਆ, ਦੂਜੀ ਵਾਰੀ ਮੰਤਰੀ ਰਹੇ ਆ, ਆਪਣਾ ਸਾਰਾ ਕੈਰੀਅਰ ਦਾਅ ਤੇ ਲਾ ਕੇ ਪੰਜਾਬ ਦੀ ਗੱਲ ਕੀਤੀ ਹੈ, ਕੀ ਸਿਆਸਤ ਕਰ ਲੈਣਗੇ ਇਹਦੇ ਵਿੱਚ? ਉਹ ਆਉਂਦੇ ਨੇ ਜੀ ਪਬਲਿਸਿਟੀ ਲੈਣ ਲਈ ਅਨਿਲ ਜੋਸ਼ੀ, ਜਿਹੜਾ ਸਾਰੇ ਬਿਆਨਬਾਜ਼ੀਆਂ ਦੇ ਰਿਹਾ ਜੀ, ਸਿਰਫ ਔਰ ਸਿਰਫ ਪਬਲਿਸਿਟੀ ਹੈ ਪੇਪਰਾਂ 'ਚ ਆਉਣ ਲਈ, ਕਿਉਂਕਿ ਇਹਨਾਂ ਦਾ ਆਧਾਰ ਖਤਮ ਹੋ ਚੁੱਕਿਆ ਸੀ, ਇਸ ਲਈ ਪੇਪਰਾਂ 'ਚ ਆਉਣ ਲਈ ਜਿਹੜੀ ਪਬਲਿਸਿਟੀ ਲੈ ਰਹੇ ਨੇ, ਇਹ ਬੀਜੇਪੀ ਦੇ ਨੇਤਾ ਇਲਜ਼ਾਮ ਲਾ ਰਹੇ ਨੇ। ਇਹ ਮੰਦਬੁੱਧੀ ਬੰਦੇ ਨੇ ਜੀ, 3 ਕੁ ਜਿਹੜੇ ਉਹ ਮੋਨੇ ਬੰਦਿਆਂ ਨੂੰ ਪੱਗਾਂ ਬਣਾ ਕੇ, ਯਾਨੀ ਕਿ ਐਂ ਗਾੜੀ ਬੀਜੇਪੀ ਵਾਲੇ ਲਾ ਲੈਂਦੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੀ ਗੱਲਬਾਤ ਹੋ ਰਹੀ ਹੈ, ਇਹਨਾਂ ਨੂੰ ਇਹ ਵੀਡੀਓ ਜਦੋਂ ਪਾਉਂਦੇ ਆ ਬੀਜੇਪੀ ਅੰਮ੍ਰਿਤਸਰ ਵਾਲੇ ਜਾਂ ਪੰਜਾਬ ਵਾਲੇ, ਇਸ ਭੁਲੇਖੇ ਦੇ ਵਿੱਚ ਸੈਂਟਰ ਸਰਕਾਰ ਨੂੰ ਜਿਹੜਾ ਇਹ ਬਹੁਤ ਵੱਡੇ ਭੁਲੇਖੇ 'ਚ ਰੱਖਣ ਦੇ। ਸਮਾਜ ਸੇਵੀ ਉਹ ਨੀਰਜ ਵਿੜਾਲਾ ਜੀ, ਤੁਸੀਂ ਜੋਸ਼ੀ ਸਾਹਿਬ ਨਾਲ ਹੋ, ਬੀਜੇਪੀ ਨਾਲ ਹੋ ਜਾਂ ਕਿਸਾਨਾਂ ਦੇ ਨਾਲ? ਵੇਖੋ, ਐਜ਼ ਏ ਪਾਰਟੀ ਮੇਰੇ ਬੀਜੇਪੀ ਦੇ ਨਾਲ ਜਾਂ ਹੋਰ ਕਿਸੇ ਪਾਰਟੀ ਦੇ ਨਾਲ ਮਤਭੇਦ ਹੋ ਸਕਦੇ ਆ, ਐਜ਼ ਏ ਹਿਊਮਨ ਬੀਇੰਗ, ਐਜ਼ ਏ ਇਨਸਾਨ ਜਿਵੇਂ ਦੀ ਉਹਨਾਂ ਨੇ ਅੱਜ ਭੂਮਿਕਾ ਨਿਭਾਈ ਆ ਪਿਛਲੇ ਕੁਝ ਦਿਨਾਂ ਤੋਂ, ਮੈਂ ਉਹਨਾਂ ਦੇ ਬਿਲਕੁਲ ਨਾਲ। ਤੁਸੀਂ ਜਿਹੜੇ ਹੋ ਚੈਨਲ ਪੰਜਾਬ ਨਾਲ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ।
ਪੰਜਾਬ ਭਾਜਪਾ ਦੇ ਵਿੱਚ ਜਿਹੜਾ ਵਿਵਾਦ ਵੱਧਦਾ ਜਾ ਰਿਹਾ ਹੈ। ਅਨਿਲ ਜੋਸ਼ੀ ਜਿਹੜੇ ਜੀ ਸਾਬਕਾ ਮੰਤਰੀ ਰਹੇ ਨੇ, ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਜਿਸ ਤੋਂ ਬਾਅਦ ਜਿਹੜੇ ਨੇ ਪੰਜਾਬ ਭਾਜਪਾ ਦੇ ਵਿੱਚ ਦਿਨੋਂ ਦਿਨ ਜਿਹੜਾ ਵਿਵਾਦ ਵੱਧਦਾ ਜਾ ਰਿਹਾ ਹੈ। ਜਿੱਥੇ ਅਨਿਲ ਜੋਸ਼ੀ ਦਾ ਵਿਰੋਧ ਹੋ ਰਿਹਾ, ਉੱਥੇ ਹੁਣ ਸਮਾਜ ਸੇਵੀ ਨੇ ਜਿਹੜੇ ਉਹ ਅਨਿਲ ਜੋਸ਼ੀ ਦੇ ਸਮਰਥਨ ਦੇ ਵਿੱਚ ਉੱਤਰ ਆਏ ਨੇ। ਇਸ ਵੇਲੇ ਸਾਡੇ ਨਾਲ ਸਮਾਜ ਸੇਵੀ ਵੀਰ ਜਿਹੜੇ ਨੇ ਨੀਰਜ ਵਡਾਲਾ ਜੀ, ਉਹ ਸਾਡੇ ਨਾਲ ਮੌਜੂਦ ਨੇ ਜਲਵਾ ਚੜ੍ਹਦੇ ਵੀਰ ਜੀ ਨਾਲ। ਸਰ, ਪਹਿਲਾਂ ਤਾਂ ਜੀ ਆਇਆਂ ਨੂੰ ਜੀ ਤੁਹਾਡਾ ਚੈਨਲ ਪੰਜਾਬ ਬਹੁਤ ਬਹੁਤ ਜੀ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦ, ਔਰ ਅੱਜ ਦੇ ਯੂਥ ਨੂੰ ਇਹਨਾਂ ਨੇ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ, ਬਹੁਤ ਬਹੁਤ ਧੰਨਵਾਦ ਜੀ। ਲਾਲੀ ਭਾਜੀ, ਕਿਸ ਤਰ੍ਹਾਂ ਦੇਖਦੇ ਹੋ ਨੀਰਜ ਜੀ ਜਿਹੜਾ ਜੋਸ਼ੀ ਸਾਹਿਬ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਹੈ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਤਾਂ ਕਹਿੰਦਾ ਜੀ ਬਹੁਤ ਵਧੀਆ ਉਹਨਾਂ ਨੇ ਜਿਹੜਾ ਉਹ ਆਪਣਾ ਇੱਕ ਫੈਸਲਾ ਲਿਆ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ। ਕਹਾਣੀ ਕੀ ਆ ਵੀ ਐਡੇ ਵੱਡੇ ਲੈਵਲ ਦੀ ਪਾਰਟੀ ਔਰ ਉਸ ਪਾਰਟੀ ਦੇ ਵਿੱਚ ਕੈਬਨਿਟ ਮਿਨਿਸਟਰ ਰਹਿ ਚੁੱਕੇ, ਕੈਬਨਿਟ ਮਿਨਿਸਟਰ ਮਤਲਬ ਵੀ ਲੋਕਲ ਬਾਡੀ ਦੇ ਇੱਕ ਡਿਪਟੀ ਸੀਐਮ ਵਾਲਾ ਜਿਹੜਾ ਉਹ ਰੁਤਬਾ ਹੁੰਦਾ, ਉਹਨੂੰ ਆਪਣਾ ਜਿਹੜਾ ਸਾਰੀਆਂ ਚੀਜ਼ਾਂ ਛੱਡ ਕੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਖਲੋਤੇ ਨੇ, ਔਰ ਸਾਰਾ ਪੰਜਾਬ ਜਿਹੜਾ ਉਹਨਾਂ ਦੀ ਪੂਰੀ ਪ੍ਰਸ਼ੰਸਾ ਕਰ ਰਿਹਾ, ਔਰ ਅਸੀਂ ਬਹੁਤ ਖੁਸ਼ ਹਾਂ ਕਿ ਇਸ ਤਰ੍ਹਾਂ ਪਾਰਟੀ ਤੋਂ ਉੱਪਰ ਉੱਠ ਕੇ, ਯਾਨੀ ਕਿ ਜਿਹੜਾ ਬੰਦਾ ਪੰਜਾਬ ਦੀ ਗੱਲ ਕਰ ਰਿਹਾ, ਅਸੀਂ ਉਹਦਾ ਵੈਲਕਮ ਕਰਦੇ ਹਾਂ, ਔਰ ਸਾਰਾ ਸਾਡਾ ਜਿਹੜਾ ਯੂਥ ਆ, ਸਾਡੀ ਜਿਹੜੀ ਐਨ ਜੀ ਓ ਦੇ ਮੈਂਬਰ ਆ, ਉਹ ਸਾਰੇ ਇਹਨਾਂ ਦਾ ਸਮਰਥਨ ਕਰਦੇ ਆ ਜੀ। ਇੱਥੇ ਵੱਡੇ ਨੇਤਾ ਨੇ ਜਿਹੜੇ ਪੰਜਾਬ ਭਾਜਪਾ ਦੇ, ਉਹ ਵੀ ਜੋਸ਼ੀ ਸਾਹਿਬ ਦੇ ਉਲਟ ਚੱਲ ਰਹੇ ਨੇ, ਚਾਹੇ ਹਰਜੀਤ ਗਰੇਵਾਲ ਜੀ ਹੋਣ, ਚਾਹੇ ਹੋਰ ਵੀ ਵੱਡੇ ਨੇਤਾ ਨੇ ਜਿਹੜੇ, ਉਹ ਵੀ ਇਹਨਾਂ ਦਾ ਵਿਰੋਧ ਵਿੱਚ ਉਤਰ ਆਏ ਨੇ। ਲਓ ਜੀ, ਵੱਡੇ ਜਿਹੜੇ ਨੇਤਾ ਦੀ ਤੁਸੀਂ ਗੱਲ ਕਰਦੇ ਹੋ ਨਾ, ਸਾਡੇ ਸ਼ਹਿਰ ਦੇ ਸ਼ੇਤ ਮਲਿਕ ਜੀ ਰਾਜ ਸਭਾ ਮੈਂਬਰ ਵੀ ਰਹੇ ਨੇ, ਉਹ ਇਸ ਵੇਲੇ ਵੀ ਹੈਗੇ ਆ, ਉਹ ਬਹੁਤ ਵੱਡਾ ਨੇਤਾ ਜੀ, ਉਹਦੇ ਵੱਡੇ ਪੰਦਾ ਮੇਰੇ ਕੋਲ ਜਵਾਬ ਸੁਣ ਲਓ। ਸਾਡੇ ਅੰਮ੍ਰਿਤਸਰ ਦੇ ਲੋਕਾਂ ਨੇ ਸ਼ਵੇਤ ਮਲਿਕ ਜਿਹੜੇ ਅੱਜ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੂੰ ਕੌਂਸਲਰ ਦੀ ਇਲੈਕਸ਼ਨ ਤੱਕ ਨਹੀਂ ਜਿਤਾਈ ਵੀ ਐਡੇ ਕਾਮਯਾਬ ਲੀਡਰ ਨੇ, ਜਿਹੜਾ ਬੰਦਾ ਇੱਕ ਕੌਂਸਲਰ ਦੀ ਇਲੈਕਸ਼ਨ ਹਾਰ ਗਿਆ, ਮਿਊਂਸੀਪਲ ਦੀ ਇਲੈਕਸ਼ਨ ਹਾਰ ਗਿਆ ਵਾ, ਦੱਸੋ ਮੈਨੂੰ ਵੀ ਉਹ ਪੰਜਾਬ ਦੀ ਰੀਪ੍ਰਜੈਂਟਿੰਗ ਕਿਸ ਤਰ੍ਹਾਂ ਕਰ ਦੇਣਗੇ ਉਹ ਲੋਕ? ਇਹ ਉਹ ਲੋਕ ਨੇ ਜਿਹੜੇ ਜੋਸ਼ੀ ਸਾਹਿਬ ਦੀਆਂ ਲੱਤਾਂ ਖਿੱਚਣ ਡੇ ਵੀ ਤੈਨੂੰ 8 ਮਹੀਨੇ ਯਾਦ ਕਿਉਂ ਨਹੀਂ ਆਈ, 8 ਮਹੀਨੇ ਤਾਂ ਤੁਹਾਡੇ ਨਾਲ ਹੀ ਸਿਟਿੰਗਾਂ ਕਰਦੇ ਰਹੇ, ਉੱਥੇ ਟੇਬਲ ਟਾਕ ਕਰਦੇ ਰਹੇ ਵੀ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦਾ ਮਸਲਾ ਹੱਲ ਹੋ ਜੇ, ਇਹ ਜਿਹੜੇ ਆ ਬਿੱਲ ਰੱਦ ਹੋ ਜਾਣ ਜਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਸੋਧ ਹੋ ਜੇ, ਇਹ ਬੰਦੇ ਨੇ ਜੀ ਉਹ। ਪਰ ਜਿਹੜੇ ਪੰਜਾਬ ਭਾਜਪਾ ਵਾਲੇ ਨੇ ਉਹ ਕਹਿੰਦੇ ਨੇ ਕਿ ਅਨਿਲ ਜੋਸ਼ੀ ਜੀ ਨੂੰ ਜੇ ਬਿੱਲ ਬੁਰੇ ਲੱਗਦੇ ਨੇ ਤਾਂ ਉਹ ਪਾਰਟੀ ਛੱਡ ਦੇਣ, ਕਿਵੇਂ ਦੇਖਦੇ ਹੋ ਤੁਸੀਂ? ਵੇਖੋ, ਜਦੋਂ ਕੋਈ ਬੰਦਾ ਨਿੱਤਰ ਕੇ ਪੰਜਾਬ ਦੇ ਹੱਕ ਦੇ ਵਿੱਚ ਆ ਗਿਆ, ਕਿਸਾਨਾਂ ਦੇ ਵਿੱਚ ਆ ਗਿਆ, ਉਹਦੇ ਪਿੱਛੇ ਕੀ ਰਹਿੰਦਾ? ਤੁਸੀਂ ਕੱਢ ਦਿਓ ਭਾਵੇਂ ਰੱਖ ਲਓ, ਉਹਦੇ ਵਿੱਚ ਕੋਈ ਡਾਊਟ ਨਹੀਂ। ਪਰ ਜਦੋਂ ਵੀ ਕੋਈ ਮਸ਼ਾਲ ਲੈ ਕੇ ਬੰਦਾ ਤੁਰਦਾ ਨਾ, ਜਦੋਂ ਵੀ ਕੋਈ ਆਪਾਂ ਕੋਈ ਕੈਂਡਲ ਕਰਨ ਨਿਕਲਦੇ ਹਾਂ, ਉਹ ਘਰੋਂ ਚਾਲੂ ਕੀਤੀ ਜਾਂਦੀ। ਉਹਨਾਂ ਨੇ ਆਪਣੇ ਘਰ ਤੋਂ ਸ਼ੁਰੂਆਤ ਕੀਤੀ, ਉਹਦੇ ਤੋਂ ਬਾਅਦ ਘਰ ਵਾਲੇ ਸਾਥ ਦੇਣ ਚਾਹੇ ਨਾ ਦੇਣ, ਉਹਨਾਂ ਨੇ ਆਪਣਾ ਜਿਹੜਾ ਸੱਚ ਦਾ ਬੀੜਾ ਚੁੱਕਿਆ ਆ, ਅਤੇ ਮਹਾਰਾਜ ਮਿਹਰ ਕਰੇ ਉਹ ਚੁੱਕੇ ਰੱਖਣਗੇ। ਜਿੰਨਾ ਚਿਹਰ ਇਹ ਬਿੱਲ ਰੱਦ ਨਹੀਂ ਹੁੰਦੇ, ਅਨਿਲ ਜੋਸ਼ੀ ਜੀ ਨੇ ਬਹਿਣਾ ਨਹੀਂ ਆ, ਜੋ ਸਾਡੇ ਨਾਲ ਉਹਨਾਂ ਦੀਆਂ ਗੱਲਾਂ ਹੋਈਆਂ, ਜੋ ਸਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਆ, ਅਨਿਲ ਜੋਸ਼ੀ ਜੀ ਨੇ ਜਿਹੜੀ ਲੱਤ ਲਾਈ ਆ ਬੜੀ ਵਧੀਆ ਜੰਗੀ ਪੱਧਰ 'ਤੇ ਲਾਈ ਆ, ਔਰ ਸਾਡਾ ਜਿਹੜਾ ਪੰਜਾਬ ਆ ਉਹਨਾਂ ਦੀ ਸ਼ਲਾਘਾ ਵੀ ਕਰਨ ਡਿਆ। ਕਾਰਨ ਕੀ ਆ ਵੀ ਐਡੀ ਵੱਡੀ ਪਾਰਟੀ ਦੇ ਬਾਵਜੂਦ ਵੀ ਉਹਨਾਂ ਨੇ ਮੁਖਾਲਫਤ ਕੀਤੀ, ਕੁਛ ਸੋਚ ਕੇ ਕੀਤੀ ਆ। ਕਾਰਨ ਕੀ ਆ, ਜਿਹੜਾ ਆਪਣਾ ਗੁਜਰਾਤੀ ਗੁਜਰਾਤ ਦੀ ਗੱਲ ਕਰ ਰਿਹਾ, ਬੰਗਾਲੀ ਬੰਗਾਲ ਦੀ ਗੱਲ ਕਰ ਰਿਹਾ, ਅਸੀਂ ਪੰਜਾਬੀ ਹਾਂ ਯਾਰ, ਇੰਨੀ ਤਾਂ ਸ਼ਰਮ ਕਰੋ ਤੁਸੀਂ। ਅੱਜ ਪੰਜਾਬ ਦੇ ਉੱਤੇ ਭੀੜ ਪਈ ਆ, ਔਰ ਤੁਸੀਂ ਆਪਣੀਆਂ ਕੁਰਸੀਆਂ ਦੇ ਲਾਲਚ ਦੇ ਵਿੱਚ ਘਰਾਂ 'ਚ ਬਹਿ ਕੇ ਮੀਟਿੰਗਾਂ ਕਰਨ ਡੇ ਹੋ। ਤੁਹਾਨੂੰ ਕੋਈ ਹੁਣੇ ਕਹਿ ਦਿਆ ਸ਼ਵੇਤ ਮਲਿਕ ਜੀ ਨੂੰ ਵੀ ਗ੍ਰੀਨ ਐਵਨਿਊ ਮੀਟਿੰਗ ਕਰਨੀ ਆ, ਇਹ ਪਹਿਲਾਂ 2 ਘੰਟੇ ਪਹਿਲਾਂ ਉੱਥੇ ਬੰਦੇ ਭੇਜਦਾ ਵੀ ਯਾਰ ਉੱਥੇ ਕੋਈ ਕਿਸਾਨ ਤਾਂ ਨਹੀਂ ਆ, ਕੋਈ ਡੰਗ ਸੋਟੇ ਵਾਲੇ ਬੰਦੇ ਤਾਂ ਨਹੀਂ ਖਲੋਤੇ? ਇੰਨਾ ਤੁਸੀਂ ਡਰ ਰਹੇ ਹੋ, ਕੁਰਸੀ ਤੁਸੀਂ ਫੇਰ ਨਹੀਂ ਛੱਡ ਰਹੇ, ਸਮਝ ਨਹੀਂ ਆਉਂਦੀ? ਐਡਾ ਵੱਡਾ ਲੀਡਰ ਆ, ਅਤੇ ਲੋ ਜਿਹੜੇ ਬੂਥ ਲੈਵਲ ਦੇ ਆਪਣੇ ਵਰਕਰ ਨੇ ਬੀਜੇਪੀ ਦੇ, ਉਹਨਾਂ ਨੂੰ ਕਹਿੰਦੇ ਮੀਟਿੰਗ, ਉਹ ਜੁੱਤੀਆਂ ਖਾਣ ਕਿਸਾਨਾਂ ਦੇ ਕੋਲੋਂ? ਇੱਕ ਤਾਂ ਅਸੀਂ ਧੱਕੇਸ਼ਾਹੀ ਕਰਵਾ ਰਹੇ ਹਾਂ ਪੰਜਾਬ ਦੇ ਵਿੱਚ, ਦੂਜਾ ਕਹਿ ਰਹੇ ਹਾਂ ਜਾ ਕੇ ਪ੍ਰਚਾਰ ਕਰੋ, ਕਿਤਨਾ ਪ੍ਰਚਾਰ ਹੋ ਜਾਏਗਾ ਭਾਅ ਜੀ? ਤੁਸੀਂ ਪਾਰਟੀ ਬਹੁਤ ਵੱਡੀ ਆ, ਪਰ ਪੰਜਾਬ ਦੇ ਲੋਕਾਂ ਨੇ ਅੱਜ ਤੀਕਾਂ ਜਿਹਨੂੰ ਛਿਣਕ ਕੇ ਸੁੱਟਿਆ, ਉਹ ਬਾਅਦ 'ਚ ਉੱਠਿਆ ਨਹੀਂ। ਇਹ ਇਤਿਹਾਸ ਆ, ਜਦੋਂ ਦਾ ਦੇਸ਼ ਆਜ਼ਾਦ ਹੋਇਆ, 65 ਸਾਲ ਤੋਂ ਉੱਪਰ ਸਾਨੂੰ ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਸਭ ਤੋਂ ਵੱਧ ਕੁਰਬਾਨੀਆਂ, ਸਭ ਤੋਂ ਵੱਧ ਯੋਗਦਾਨ ਜਿਹੜਾ ਉਹ
ਪੰਜਾਬ ਨੂੰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ 'ਚ ਜਦੋਂ ਵੀ ਭੀੜ ਪਈ ਆ ਪੰਜਾਬੀਆਂ ਦਾ ਰਿਹਾ ਹੈ। ਇਹ ਕਿਤਰਾਂ ਦੀਆਂ ਗੱਲਾਂ ਕਰ ਰਹੇ ਆ ਵੀ ਬਿੱਲ ਜਿਹੜੇ ਆ ਉਹ ਅਸੀਂ ਨਹੀਂ ਵਾਪਸ ਲੈਣੇ, ਨਹੀਂ ਲੈਣੇ ਤੁਹਾਨੂੰ ਤਾਂ ਕਹਿੰਦੇ ਇੱਥੋਂ ਨਹੀਂ ਗਾੜੀ ਲੰਘਣ ਦੇਣਾ ਆਪਣੇ ਸਿੰਘੂ ਬਾਰਡਰ ਤੋਂ ਗਾੜੀ। ਇਹਨਾਂ ਦੇ ਮੇਰੇ ਵੀਰ ਜੀ ਜੇ 22 ਦੀ ਗੱਲ ਕਰਦੇ ਆ ਨਾ ਵੀ ਅਸੀਂ 22 ਦੇ ਵਿੱਚ 117 ਸੀਟਾਂ 'ਤੇ ਲੜਨਾ ਜਾਂ ਅਸੀਂ ਮਤਲਬ ਪੂਰੀ ਫੋਰਮ ਦੇ ਵਿੱਚ ਆਉਣਾ, ਅਸੀਂ ਆਪਣਾ CM ਬਣਾਉਣਾ, ਇਹ ਕਿਤਰਾਂ ਬਣਾ ਲੈਣਗੇ। ਲੋਕਾਂ ਨੇ ਇਹਨਾਂ ਨੂੰ ਬੋਣੀ ਤੱਕ ਨਹੀਂ ਹੋਣ ਦੇਣੀ, ਲੋਕਾਂ ਜੁੱਤੀਆਂ ਮਾਰਨੀਆਂ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਸ਼ਰਮ ਨੂੰ ਇਹਨਾਂ ਨੂੰ ਹੱਥ ਮਾਰਨਾ ਚਾਹੀਦਾ। ਜਿਹੜੇ BJP ਦੇ ਵੱਡੇ ਵੱਡੇ 60-60 ਬੰਦੇ ਸਿਕਿਉਰਟੀਆਂ ਦੇ ਲੈ ਕੇ ਤੁਸੀਂ ਘਰਾਂ 'ਚ ਬੈਠੇ ਹੋ ਅਤੇ ਤੁਸੀਂ ਕਹਿੰਦੇ ਅਸੀਂ ਪਾਰਟੀ ਦੇ ਵਿੱਚ ਜਿਹੜਾ CM ਬਣਾਉਣਾ, ਕਿਤਰਾਂ ਬਣ ਜੂਗਾ? ਘਰੇ ਬੈਠਿਆਂ ਥੋੜ੍ਹਾ ਬਣ ਜਾਣਾ, ਇਹ ਲੋਕਤੰਤਰ ਆ, ਡੈਮੋਕ੍ਰੇਸੀ ਆ। ਵਡਾਲਾ ਸਾਹਿਬ ਜੇ ਹਰਜੀਤ ਜਰੇਵਾਲ ਨੇ ਜਿਹੜਾ ਉਹ ਵੀ ਨਾਮੀ ਚਿਹਰਾ ਨੇ BJP ਦੇ ਵਿੱਚ, ਨਾਮੀ ਚਿਹਰਾ ਹੈ, ਵੱਡਾ ਚਿਹਰਾ ਮੰਨਿਆ ਜਾਂਦਾ BJP ਦਾ, ਪਰ ਉਹ ਵੀ ਜਿਹੜੇ ਨੇ ਅਨਿਲ ਜੋਸ਼ੀ ਨੂੰ ਵਾਰ ਵਾਰ ਚੇਤਾਵਨੀ ਦੇ ਰਹੇ ਨੇ ਕਿ ਤੁਸੀਂ ਜਿਹੜੇ BJP ਪਾਰਟੀ ਦੇ ਵਿਰੋਧ ਵਿੱਚ ਨਾ ਬੋਲੋ, ਕਿਵੇਂ ਦੇਖਦੇ ਹੋ? ਇੱਕ ਨੰਬਰ ਦਾ ਚਵਲ ਬੰਦਾ ਜਿਹਦਾ ਤੁਸੀਂ ਨਾਂ ਲੈ ਤਾ ਮੇਰੇ, ਇੱਕ ਨੰਬਰ ਦਾ ਚਵਲ, ਉਹਦੇ 'ਤੇ ਪ੍ਰਸਾਦ ਪਾਏ ਆ ਇੱਥੇ, ਉਹਦੀਆਂ ਬਿਆਨਬਾਜ਼ੀਆਂ ਨੇ ਅਤੇ ਅੱਜ ਤੀਕਾਂ ਜਿਹੜੀ ਉਹ ਪੰਜਾਬ ਦਾ ਮਸਲਾ ਨਹੀਂ ਹੱਲ ਹੋਣ ਦਿੱਤਾ। ਜਦੋਂ ਦਾ ਬਿੱਲਾਂ ਦਾ ਮਸਲਾ ਆਇਆ ਉਹਨੂੰ ਗੱਲ ਕਰਨ ਦੀ ਅਕਲ ਹੈਨੀ ਹੈ, ਕੋਈ ਠੰਡੇ ਸੁਭਾਅ ਨਾਲ ਗੱਲ ਕਰ, ਸਿੱਖ ਪਰਿਵਾਰ ਦੇ ਵਿੱਚ ਤੂੰ ਜਨਮ ਲਿਆ ਵਾ, ਕੋਈ ਸਿੱਖੀ ਦੀ ਗੱਲ ਕਰ, ਪੰਜਾਬੀਆਂ ਦੀ ਗੱਲ ਕਰ। ਉੱਥੇ ਤੈਨੂੰ ਬੁਰਕੀ ਰੋਟੀ ਦੀ ਪਾਰਟੀ, ਉਹਨਾਂ ਨੇ ਇੱਕ ਦੋ ਪੈਟਰੋਲ ਪੰਪ ਲੈ ਤੇ, ਇੱਕ ਚੰਡੀਗੜ੍ਹ ਲੈ ਤਾ, ਇੱਕ ਦਿੱਲੀ ਲੈ ਤਾ, ਤੈਨੂੰ ਪਤਾ ਮੇਰੀ ਰੋਟੀ ਜਿਹੜੀ ਆ ਉਹ ਵਧੀਆ ਚੱਲ ਜਾਣੀ ਆ। ਤੂੰ ਪੰਜਾਬ ਦੇ ਲੋਕਾਂ ਤੋਂ ਬਾਗੀ ਹੋ ਗਿਆ ਦੁਰ ਵਿਡੇ ਮੇ ਇਹੋ ਜਿਹੇ ਬੰਦੇ ਨੂੰ, ਤਾਂ ਮੈਂ ਸਮਝਦਾ ਵੀ ਰਾਜਨੀਤੀ ਦੇ ਵਿੱਚ ਬਾਈਕਾਟ ਕਰਨਾ ਚਾਹੀਦਾ, ਔਰ ਪੂਰਾ ਪੰਜਾਬ ਉਹਦਾ ਬਾਈਕਾਟ ਕਰਨ ਡਿਆ, ਪਰ ਫਿਰ ਵੀ ਬਸ਼ਰਮ ਜਿਹੜਾ ਬਾਈਟਾਂ ਦੇਈ ਜਾਣ ਡਿਆ ਜੀ। ਵਡਾਲਾ ਸਾਹਿਬ ਉੱਥੇ ਅਨਿਲ ਜੋਸ਼ੀ ਜੀ ਵੀ ਜਿਹੜੇ ਬਿਆਨ ਦਿੰਦੇ ਨੇ ਕਿ ਜਿਹੜੀਆਂ ਇਹ ਸਿਰਫ ਔਰ ਸਿਰਫ ਮਸਲਾ ਸਿਕਿਉਰਟੀ ਦਾ ਹੈ, BJP ਵਾਲੇ ਜਿਹੜੇ ਵੱਡੇ ਨੇਤਾ ਨੇ ਉਹ ਸਿਕਿਉਰਟੀਆਂ ਭਾਲਦੇ ਨੇ, ਉਹਨਾਂ ਨੂੰ ਪੰਜਾਬ ਨਾਲ ਹਮਦਰਦੀ ਨਹੀਂ ਹੈ। ਬਿਲਕੁਲ ਸਹੀ ਗੱਲ ਹੈ ਜੀ, ਇਹ ਜਿਹੜੇ ਬੰਦੇ ਆ ਹੋਲੇ ਪ੍ਰੈਜ਼ੈਂਟ ਰੀਪ੍ਰਜ਼ੈਂਟ ਕਰ ਰਹੇ ਨੇ ਪੰਜਾਬ ਨੂੰ, ਆਪਣੇ ਆਪ 'ਚ ਕਹਿੰਦੇ ਰੀਪ੍ਰਜ਼ੈਂਟ ਨਹੀਂ ਕਰ ਰਹੇ, ਮਤਲਬ ਇਹ ਕੁਰਸੀਆਂ ਦੇ ਲਾ ਲਏ, ਇੱਕ ਨੇ ਰਾਜ ਸਭਾ ਦਾ ਮੈਂਬਰ ਬਣਿਆ ਪਿਆ ਵਾ, ਪਤਾ 5 ਕਰੋੜ ਦਾ ਕੋਟਾ ਹੁੰਦਾ ਇੱਕ MP ਦਾ ਸਾਲ ਦਾ, ਠੀਕ ਹੈ ਜੀ, ਪਲੱਸ ਨਾਲ 60-60 ਬੰਦੇ ਸਿਕਿਉਰਟੀ ਦੇ ਲਏ ਹੋਏ ਆ, ਇਹਨਾਂ ਨੂੰ ਲਾਲਚ ਜਿਹੜਾ ਵਾ ਉਹ ਨਹੀਂ ਛੱਡਣ ਡਿਆ। ਇਹ ਪੰਜਾਬ ਦੀ ਗੱਲ ਕਿੱਥੋਂ ਕਰਨੀ ਹੈ? 2000 ਵੋਟ ਨਹੀਂ ਪਈ ਇਹਨੂੰ ਕੌਂਸਲਰ ਦੀ ਇਲੈਕਸ਼ਨ 'ਚ, ਅਤੇ ਮੋਦੀ ਸਾਹਿਬ ਨੇ ਕਿੱਥੇ ਬਿਠਾਤਾ ਇਹਨੂੰ? ਰਾਜ ਸਭਾ ਮੈਂਬਰ ਬਹੁਤ ਵੱਡੀ ਅਸੈਂਬਲੀ ਹੁੰਦੀ ਸਾਡੇ ਹਿੰਦੁਸਤਾਨ ਦੀ, ਜਿੱਥੇ ਜਾ ਕੇ ਇਹਨੂੰ ਬੋਲਣ ਦਾ ਮੌਕਾ ਮਿਲਿਆ। ਪੰਜਾਬ ਦੀ ਗੱਲ ਕਰ ਲਾ ਯਾਰ, ਜੇ ਤੈਨੂੰ ਬਣਾ ਹੀ ਦਿੱਤਾ, ਜੇ ਮਾਲਕ ਨੇ ਤੈਨੂੰ ਬਖਸ਼ ਹੀ ਦਿੱਤਾ, ਕੋਈ ਸ਼ਰਮ ਨੂੰ ਹੱਥ ਕਰੋ, ਪੰਜਾਬ ਦੀ ਗੱਲ ਕਰੋ। ਵਡਾਲਾ ਸਾਹਿਬ, ਪਰ ਵਿਰੋਧੀ ਪਾਰਟੀਆਂ ਤਾਂ ਜਾਂ BJP ਦੇ ਜੇ ਪੰਜਾਬ BJP ਵਾਲੇ ਨੇ ਉਹ ਵੀ ਇਲਜ਼ਾਮ ਲਾ ਰਹੇ ਨੇ ਜੋਸ਼ ਸਾਹਿਬ 'ਤੇ ਕਿ ਇਹ ਸਿਰਫ ਪਿੱਚ ਤਿਆਰ ਕੀਤੀ ਜਾ ਰਹੀ ਹੈ, ਕਿਸਾਨਾਂ ਨੂੰ ਸਿਰਫ ਹਮਦਰਦੀ ਵਿੱਚ ਲਿਆ ਜਾ ਰਿਹਾ, 2022 ਦੇ ਜਿਹੜੇ ਚੁਣਾਵ ਨੇ ਉਸ ਨੂੰ ਲੈ ਕੇ ਜਿਹੜੀ ਸਾਰੀ ਪਿੱਚ ਬਣਾਈ ਜਾ ਰਹੀ ਹੈ। ਵੇਖੋ ਜੀ, ਆਪਣਾ ਕੈਰੀਅਰ ਦਾ ਤੇ ਲਾ ਕੇ ਪੰਜਾਬ ਦੀ ਗੱਲ ਕੀਤੀ ਉਹਨੇ, ਆਪਣਾ ਕੈਰੀਅਰ ਮਤਲਬ ਵੀ ਇੱਕ ਵਾਰੀ MLA ਰਹੇ ਆ, ਦੂਜੀ ਵਾਰੀ ਮੰਤਰੀ ਰਹੇ ਆ, ਆਪਣਾ ਸਾਰਾ ਕੈਰੀਅਰ ਦਾ ਤੇ ਲਾ ਕੇ ਪੰਜਾਬ ਦੀ ਗੱਲ ਕੀਤੀ ਆ, ਕੀ ਸਿਆਸਤ ਕਰ ਲੈਣਗੇ ਇਹਦੇ ਵਿੱਚ? ਕਿਹੜੀ ਸਿਆਸਤ ਬਣਦੀ? ਮੇਰੇ ਸਾਹਮਣੇ ਕੋਈ ਬੰਦਾ ਲਿਆਓ, ਚਲੋ ਜਿੰਨਾ ਕੁ ਮੈਂ ਪੜ੍ਹਿਆ ਲਿਖਿਆ ਮੈਂ ਗੱਲ ਕਰਨ ਦਾ ਹੱਕਦਾਰ ਹਾਂ, ਮੈਨੂੰ ਦੱਸੋ ਵੀ ਕਿਹੜੀ ਪਿੱਚ ਤਿਆਰ ਹੋ ਰਹੀ ਆ ਜੀ? BJP ਨੂੰ ਕਿਹਨੇ ਬਾਰਡਰ ਨਹੀਂ ਟੱਪਣ ਦੇਣਾ, ਸਿੰਘੂ ਬਾਰਡਰ ਨਹੀਂ ਟੱਪਣ ਦੇਣਾ, ਇੱਥੇ ਇਹਨਾਂ ਦੀ ਬੋਣੀ ਨਹੀਂ ਹੋਣੀ, ਕਿਹੜਾ ਮਤਲਬ ਪਿੱਚ ਤਿਆਰ ਹੋਣੀ? ਜੋਸ਼ੀ ਸਾਹਿਬ ਨੇ ਤਾਂ ਆਪਣਾ ਧਰਮ ਨਿਭਾਇਆ ਵੀ ਸਾਰਾ ਕੁਝ ਮੈਂ ਖਾ ਹੰਢਾ ਲਿਆ, ਬੜਾ ਟੋ ਟੱਪਾ ਰਿਹਾ ਵਾ, ਹੁਣ ਵੀ ਹੈਗਾ ਮਹਾਰਾਜ ਦੀ ਮੇਰੇ ਨਾਲ, ਐਸੇ ਕੰਪਨੀ ਬਾਗ ਅੰਮ੍ਰਿਤਸਰ ਦੇ ਵਿੱਚ ਰੋਜ਼ ਬੈਠੇ ਹੁੰਦੇ ਆ। BJP ਵਾਲਿਆਂ ਨੂੰ ਜਿਹੜੇ ਇਹ ਵੇਲੇ ਝੰਡਾ ਚੁੱਕੀ ਫਿਰਦੇ ਆ, ਇੱਕ ਬੰਦੇ ਦਾ ਮੈਂ ਕੱਲ੍ਹ ਬਿਆਨ ਸੁਣਿਆ, ਅਸੀਂ ਪਾਰਟੀ ਤੋਂ ਇੰਚ ਵੀ ਬਾਹਰ ਨਹੀਂ ਜਾ ਸਕਦੇ, ਜਿੱਥੇ ਪਾਰਟੀ ਕਹੂਗੀ ਉੱਥੇ ਖਲੋਵਾਂਗੇ। ਉਹ ਬੰਦੇ ਇਹਨਾਂ ਨੂੰ ਕਹੋ ਇੱਥੇ ਕੰਪਨੀ ਬਾਗ 'ਚ ਆਣ ਕੇ ਸੈਰ ਕਰਕੇ ਅਤੇ ਇੱਥੇ ਕਿਸੇ ਨਾਲ ਗੱਲਬਾਤ ਕਰਕੇ ਦਿਖਾਉਣ ਵੀ ਅਸੀਂ BJP ਦੇ ਸਮਰਥਕ ਹਾਂ। ਜੁੱਤੀਆਂ ਮਾਰ ਮਾਰ ਲੋਕਾਂ ਨੇ ਧੂੰਆਂ ਕੱਢ ਦੇਣਾ ਇਹਨਾਂ ਲੋਕਾਂ ਦਾ ਭਾਜੀ। ਵਡਾਲਾ ਸਾਹਿਬ, ਕਿਉਂ ਇੰਨਾ ਵਿਰੋਧ ਹੋ ਰਿਹਾ ਜੇ BJP ਦੇ ਨੇਤਾ ਨੇ, ਜੇ ਸਾਬਕਾ ਮੰਤਰੀ ਨੇ ਅਨਿਲ ਜੋਸ਼ੀ ਜੀ ਜੇ ਆਵਾਜ਼ ਉਠਾਈ ਹੈ, ਜੇ ਭਲੇ ਦਾ ਕੰਮ ਕੀਤਾ, ਤਾਂ ਇੰਨਾ ਵਿਰੋਧ ਹੋਣਾ ਕਿਉਂ ਸ਼ੁਰੂ ਹੋਇਆ? ਵਿਰੋਧ ਭਾਜੀ ਇਹ ਡਰਦੇ, ਉਹਦੀ ਲੋਕਪ੍ਰਿਯਤਾ ਤੋਂ ਡਰਦੇ, ਉਹਦੀ ਬੇਬਾਕੀ ਤੋਂ ਡਰਦੇ ਆ ਵੀ ਜੇ ਲੋਕਾਂ ਦੇ ਵਿੱਚ ਬਹੁਤਾ ਜ਼ਿਆਦਾ ਮਤਲਬ ਵੀ ਇਨਫਲੂਐਂਸ ਗਿਆ, ਇਹਦਾ ਪ੍ਰਭਾਵ ਗਿਆ, ਅਤੇ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਹ ਆਜ਼ਾਦ ਤੌਰ 'ਤੇ ਜਾਂ ਕਿਸੇ ਹੋਰ ਪਾਰਟੀ ਨੇ ਚੱਕ ਲਿਆ ਇਹਨੂੰ, ਤਾਂ ਮਤਲਬ ਸਾਨੂੰ ਨੱਪ ਦੇਗਾ।
ਮਤਲਬ ਸਾਡੇ ਸਾਹਮਣੇ ਇਹਦੀ ਹੋਰ ਡਬਲ ਜਿਹੜੀ ਉਹ ਇਹਦਾ ਰੁਤਬਾ ਹੋ ਜਾਣਾ, ਇਹਨਾਂ ਚੀਜ਼ਾਂ ਤੋਂ ਡਰਦੇ। ਹਰਜੀਤ ਗਰੇਵਾਲ ਜੀ ਨੇ ਜਿਹੜੇ ਉਹ ਆਉਂਦੇ, ਇਹਨਾਂ ਦਾ ਆਧਾਰ ਹੀ ਨਹੀਂ ਰਿਹਾ, ਇਸ ਲਈ ਇਹ ਜਿਹੜੇ ਬਿਆਨਬਾਜ਼ੀ ਦੇ ਰਹੇ ਨੇ ਪਬਲਿਸਿਟੀ ਲੈਣ ਲਈ, ਚੈਨਲਾਂ 'ਤੇ ਆਉਣ ਲਈ, ਪੇਪਰਾਂ 'ਚ ਆਉਣ ਲਈ ਅਨਿਲ ਜੋਸ਼ੀ ਜੀ ਜਿਹੜੇ ਨੇ ਬਿਆਨਬਾਜ਼ੀ ਦੇ ਰਹੇ ਨੇ। ਵੇਖੋ ਜੀ, ਰਾਜਪੁਰੇ ਵਾਲੇ ਬੰਦਿਆਂ ਦੀ ਮੈਂ ਬੜੀ, ਰਾਜਪੁਰੇ ਤੋਂ ਕੈਂਡੀਡੇਟ ਨੇ, ਮੈਂ ਬੜੀ ਉਹਨਾਂ ਦੀ ਉੱਥੋਂ ਇੰਟਰਵਿਊ ਸੁਣੀ ਆ। ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ, ਈਵਨ ਕਿ ਸਾਹਮਣੇ ਉਹਦੇ ਘੁੱਟ ਘੁੱਟ ਮਾਰ ਦੇਣ ਕਿਸਾਨ। ਇਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਉਹ ਉੱਤੇ ਪ੍ਰਭਾਵ ਆ, ਜੇ ਇਹ ਗੱਲ ਕਰਦੇ ਆ ਨਾ ਵੀ ਮੈਂ ਬੜਾ ਵੱਡਾ ਲੀਡਰ ਹਾਂ, ਜੋਸ਼ੀ ਨੂੰ ਮੈਂ ਬਣਾਇਆ, ਕਿਵੇਂ ਬਣਾ ਤਾ ਤੁਸੀਂ? ਉਹਨਾਂ ਦੇ ਇੱਕ ਮਿਹਨਤ ਅਤੇ ਲਗਨ ਔਰ ਲੋਕ ਪ੍ਰਿਆ ਕਰਕੇ ਉਹਨਾਂ ਨੂੰ ਮਿਨਿਸਟਰ ਬਣਾਇਆ, ਆਪਣੀ ਕੈਪੇਬਿਲਿਟੀ ਦੇ ਉੱਤੇ ਉਹ ਐੱਮ ਐੱਲ ਏ ਬਣੇ, ਅੱਜ ਵੀ ਬਣਦੇ ਹੋ। ਅੱਜ ਸਾਹਮਣੇ ਜਿਹੜਾ ਮਰਜ਼ੀ ਨੇ ਉਹ ਆਉਂਦੇ ਨੇ ਜੀ ਪਬਲਿਸਿਟੀ ਲੈਣ ਲਈ, ਅਨਿਲ ਜੋਸ਼ੀ ਜਿਹੜਾ ਸਾਰੇ ਬਿਆਨਬਾਜ਼ੀਆਂ ਦੇ ਰਿਹਾ ਜੀ, ਸਿਰਫ ਔਰ ਸਿਰਫ ਪਬਲਿਸਿਟੀ ਆ ਪੇਪਰਾਂ 'ਚ ਆਉਣ ਲਈ, ਕਿਉਂਕਿ ਇਹਨਾਂ ਦਾ ਆਧਾਰ ਖਤਮ ਹੋ ਚੁੱਕਿਆ ਸੀ, ਇਸ ਲਈ ਪੇਪਰਾਂ 'ਚ ਆਉਣ ਲਈ ਜਿਹੜੀ ਪਬਲਿਸਿਟੀ ਲੈ ਰਹੇ ਨੇ, ਇਹ ਬੀਜੇਪੀ ਦੇ ਨੇਤਾ ਇਲਜ਼ਾਮ ਲਾ ਰਹੇ ਨੇ। ਇਹ ਮੰਦ ਬੁੱਧੀ ਬੰਦੇ ਨੇ ਜੀ, ਇਹਨਾਂ ਦਾ ਤਾਂ ਕੋਈ ਜਵਾਬ ਹੀ ਨਹੀਂ। ਜੇ ਕੋਈ ਬੰਦਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਲੱਤਾਂ ਖਿੱਚਦੇ ਉਹਦੀਆਂ, ਮਤਲਬ ਵੀ ਕਹਿਣ ਦਾ ਮਤਲਬ ਅਸੀਂ ਕੁਝ ਕਰਨਾ ਨਹੀਂ, ਕਿਸੇ ਨੂੰ ਕੁਝ ਕਰਨੀ। ਜੇ ਉਹਨੇ ਆਵਾਜ਼ ਬੁਲੰਦ ਕੀਤੀ, ਤੁਸੀਂ ਵੀ ਉਹਦੇ ਨਾਲ ਹੋਵੋ, ਤੁਸੀਂ ਵੀ ਸੁਰਖੀਆਂ ਬਟੋਰ ਲਓ। ਜੇ ਤੁਸੀਂ ਕਹਿੰਦੇ ਜੋ ਨਾ ਉਹਨਾਂ ਨੇ ਪ੍ਰੈਸ ਨੂੰ ਦੂਜਾ ਤੇਜਾ ਹਿੱਟ ਹੋਣ ਵਾਸਤੇ ਜਿਹੜਾ ਇਹ ਕੰਮ ਕੀਤਾ, ਤੁਸੀਂ ਵੀ ਕਰੋ। ਆਓ ਪੰਜਾਬ ਦੀ ਗੱਲ ਰਲ ਕੇ ਕਰਦੇ ਹਾਂ, ਆਓ ਉੱਥੇ ਜਾ ਕੇ ਬਈਏ, ਧਰਨੇ ਦੇ ਵਿੱਚ ਬਈਏ। ਉਹ ਤਾਂ ਰੋਜ਼ ਆਣ ਕੇ ਕੰਪਨੀ ਬਾਗ 150-150 ਸੌ ਬੰਦੇ ਨੂੰ ਸੰਬੋਧਨ ਕਰਦਾ, 150-150 ਸੌ ਬੰਦੇ ਨੂੰ ਸਮਝਾਉਂਦਾ ਵੀ ਆਪਾਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਾਂਗੇ, ਜੇ ਨਹੀਂ ਹੁੰਦਾ ਤਾਂ ਅਸੀਂ ਉੱਥੇ ਜਾ ਕੇ ਗੱਲ ਕਰਾਂਗੇ। ਇਹਨਾਂ ਬੰਦਿਆਂ ਦੇ ਨਾਲ ਹੀ ਜਦੋਂ ਟੇਬਲ ਟਾਕ ਹੁੰਦੀ ਸੀਗੀ, ਇਹ ਕਹਿੰਦੇ 8 ਮਹੀਨੇ ਨਹੀਂ ਬੋਲੇ, 8 ਮਹੀਨੇ ਕਿਉਂ ਨਹੀਂ ਬੋਲੇ? ਜਦੋਂ ਟੇਬਲ ਟਾਕ ਹੁੰਦੀ ਉਹਨਾਂ ਦੇ ਵਿੱਚ ਅਨਿਲ ਜੋਸ਼ੀ ਜੀ ਦਾ ਵਾਹਵਾ ਸਹਿਯੋਗ ਸੀਗਾ, ਉੱਥੇ ਜਾਂਦੇ ਰਹੇ, ਮਨਾਉਂਦੇ ਰਹੇ, ਪਰ ਉਹ ਹਿੰਦੀ 'ਚ ਗੱਲ ਕਰਨ ਵਾਲੇ ਬੰਦੇ ਕਿੱਥੋਂ ਪੰਜਾਬੀਆਂ ਨੂੰ ਸਮਝਦੇ ਆ? ਉਹਨਾਂ ਨੇ ਮਤਲਬ ਵੀ ਰਤਾ ਵੀ ਗੱਲ ਨਹੀਂ ਸਮਝੀ। ਜਦੋਂ ਇਹਨਾਂ ਨੂੰ ਲੱਗਾ ਵੀ ਨਹੀਂ, ਹੁਣ ਇੱਕ ਵਾਰੀ ਓਪਨਲੀ ਬੋਲਣਾ ਚਾਹੀਦਾ, ਜੇ ਇਹਨਾਂ ਦੇ ਜੋਸ਼ੀ ਸਾਹਿਬ ਦੇ ਬੋਲਣ ਦੇ ਨਾਲ ਮਸਲਾ ਹੱਲ ਹੋ ਜੇ ਜਾਂ ਉਹਨਾਂ ਦੀ ਸਿਰ 'ਤੇ ਜੂੰ ਸਰਕ ਜੇ, ਉਹ ਹੋਰ ਕੀ ਚਾਹੀਦਾ ਪੰਜਾਬ ਨੂੰ? ਮੈਂ ਤਾਂ ਸਮਝਦਾ ਵੀ ਜਿਹੜੇ ਬੰਦੇ ਮੁਖਾਲਫਤ ਕਰਨ ਡਿਆ, ਬੜੀ ਵੱਡੀ ਬੇਵਕੂਫੀ ਕਰਨ ਡਿਆ। ਇਨਸਾਨੀਅਤ ਦਾ ਸਾਥ ਦਿਓ, ਪੰਜਾਬ ਦਾ ਸਾਥ ਦਿਓ। ਉਹਨੇ ਕੋਈ ਆਪਣੀ ਇੰਡੀਪੈਂਡੈਂਟ ਗੱਲ ਕੀਤੀ ਹੋਏ, ਆਪਣੇ ਆਪ ਨੂੰ ਫੇਮਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਗੱਲ ਤਾਂ ਕਿਸਾਨਾਂ ਦੀ ਕੀਤੀ ਹੈ ਨਾ, ਤਾਂ ਤੁਸੀਂ ਵੀ ਕਰ ਲਓ, ਤੁਸੀਂ ਵੀ ਹਿੱਟ ਹੋ ਜਾਓ। ਪਰ ਇਲਜ਼ਾਮ ਜਿਹੜੇ ਵਿਰੋਧੀ ਪਾਰਟੀਆਂ ਲਾਉਂਦੇ ਨੇ ਜਾਂ ਇਹਨਾਂ ਦੇ ਆਪਣੀ ਪਾਰਟੀ ਦੇ ਲਾ ਰਹੇ ਨੇ, ਮੁੱਦਾ ਇਹ ਉਠਾਇਆ ਜਾਂਦਾ ਕਿ ਹਮੇਸ਼ਾ ਹੀ ਜਦੋਂ ਵੀ ਕੋਈ ਆਵਾਜ਼ ਉਠਾਉਂਦਾ ਉਹਦੇ ਵਿਰੁੱਧ ਵੀ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ। ਹੁਣ ਵੀ ਇਹੀ ਆਵਾਜ਼ ਉਠਾਈ ਜਾ ਰਹੀ ਹੈ ਕਿ ਸਿਰਫ ਔਰ ਸਿਰਫ ਇੱਕ ਆਧਾਰ ਬਣਾਇਆ ਜਾ ਰਿਹਾ, ਕਿਉਂਕਿ ਬੀਜੇਪੀ ਦਾ ਜਿਹੜਾ ਆਧਾਰ ਹੈ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚੋਂ, ਉਸ ਨੂੰ ਆਧਾਰ ਬਣਾਇਆ ਜਾ ਰਿਹਾ, ਸਿਰਫ ਮੋਹਰਾ ਬਣਾ ਕੇ ਅਨਿਲ ਜੋਸ਼ੀ ਨੂੰ ਪੇਸ਼ ਕੀਤਾ ਜਾ ਰਿਹਾ। ਵੇਖੋ, ਜੋਸ਼ੀ ਸਾਹਿਬ ਨੇ ਤਾਂ ਪਾਰਟੀ ਦੇ ਖਿਲਾਫ ਗੱਲ ਕਰਕੇ ਪਾਰਟੀ ਦੀ TRP ਡਾਊਨ ਹੋਈ ਹੋਊਗੀ। ਜਦੋਂ ਆਪਣਾ ਇੱਕ ਟੀਮ ਦਾ ਕਮਾਂਡਰ ਜਿਹੜਾ ਹੁੰਦਾ ਉਹ ਆਪ ਟੀਮ ਦੇ ਖਿਲਾਫ ਬੋਲੇ, ਉਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਲਾਲੀ ਜੀ, ਤੁਸੀਂ ਬੜੇ ਪੁਰਾਣੇ ਪੱਤਰਕਾਰ ਹੋ, ਕਿੱਥੇ ਟੌਹਰ ਬਣਦੀ ਉਹਦੀ? ਉਸ ਬੰਦੇ ਨੇ ਆਪਣੀ ਪਾਰਟੀ ਨੂੰ ਇੱਕ ਹਿਸਾਬ ਦਾ ਪਿੱਛੇ ਛੱਡਿਆ ਔਰ ਆਪ ਕਿਸਾਨਾਂ ਦੇ ਨਾਲ ਖਲੋ ਗਿਆ। ਮੈਂ ਸਮਝਦਾ ਜੇ ਇਸ ਤਰ੍ਹਾਂ ਹਿੱਟ ਹੋਣ ਦਾ ਮੌਕਾ ਤਾਂ ਸਾਰੀ BJP ਹਿੱਟ ਹੋਵੇ, ਮਤਲਬ ਵੱਧ ਚੜ੍ਹ ਕੇ ਸਾਥ ਦਿਓ ਅੱਜ ਹੀ। ਜੇ ਪੰਜਾਬ ਦੀ ਲੀਡਰਸ਼ਿਪ ਗੱਲ ਕਰੇ, ਅੱਜ ਹੀ ਜਿਹੜੇ ਉਹ ਬਿੱਲ ਰੱਦ ਹੁੰਦੇ, ਇਹ ਕਹਾਣੀਆਂ ਬਣਾ ਬਣਾ ਦੱਸਦੇ ਨੇ। 3 ਕੁ ਜਿਹੜੇ ਉਹ ਮੋਨੇ ਬੰਦਿਆਂ ਨੂੰ ਪੱਗਾਂ ਬਣਾ ਕੇ, ਯਾਨੀ ਕਿ ਐਂ ਗਾੜੀ BJP ਵਾਲੇ ਲਾ ਲੈਂਦੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੀ ਗੱਲਬਾਤ ਹੋ ਰਹੀ ਆ। ਇਹਨਾਂ ਨੂੰ ਇਹ ਵੀਡੀਓ ਜਦੋਂ ਪਾਉਂਦੇ ਆ BJP ਅੰਮ੍ਰਿਤਸਰ ਵਾਲੇ ਜਾਂ ਪੰਜਾਬ ਵਾਲੇ, ਇਸ ਭੁਲੇਖੇ ਦੇ ਵਿੱਚ ਸੈਂਟਰ ਸਰਕਾਰ ਨੂੰ ਜਿਹੜਾ ਇਹ ਬਹੁਤ ਵੱਡੇ ਭੁਲੇਖੇ 'ਚ ਰੱਖਣ ਦੇ ਨੇ, ਉਹਨਾਂ ਨੂੰ ਇਹ ਗੱਲ ਤੋਂ ਜਾਣੂ ਕਰਾਉਣਾ ਚਾਹੀਦਾ ਵੀ ਪੰਜਾਬ ਵਾਲੇ ਬੰਦੇ ਕਿਸੇ ਦੀ ਨਹੀਂ ਸੁਣਦੇ। ਜਿੰਨਾ ਚਿਰ ਉਹਨਾਂ ਦੇ ਨਾਲ ਧੱਕਾ ਆਉਂਦਾ ਉਹ ਡਟ ਕੇ ਮੁਕਾਬਲਾ ਕਰਦੇ ਆ, ਉਹ ਡਟ ਕੇ ਵਿਰੋਧ ਕਰਦੇ ਆ। ਇਹਨਾਂ ਬੰਦਿਆਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਇਹ ਪੰਜਾਬ 450-500 ਉੱਥੇ ਮੌਤਾਂ ਹੋ ਗਈਆਂ ਸਾਡੇ ਵੀਰ ਭੈਣਾਂ ਦੀਆਂ ਜਿਹੜੀਆਂ, ਸ਼ਰਮ ਆਉਣੀ ਚਾਹੀਦੀ ਹੈ। ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਚਲ ਗਿਆ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਉਹ ਦੁਬਾਰਾ ਕਦੀ BJP ਦੇ ਝੰਡੇ ਦਾ ਜਾਂ ਬੰਦੇ ਦਾ ਸ਼ਕਲ ਵੇਖੇਗਾ? ਕਦੀ ਵੀ ਨਹੀਂ। ਇਹ ਗਿੱਲ ਸਾਹਿਬ ਮਤਲਬ ਬਹੁਤ ਐਂਡ ਕਰਾ ਦਿੱਤਾ ਇਹਨਾਂ ਲੋਕਾਂ ਨੇ, ਸਾਡੀਆਂ ਮਾਵਾਂ ਭੈਣਾਂ ਉੱਥੇ ਖੱਜਲ ਹੋ ਰਹੀਆਂ ਵਾਂ। ਲੋਕ 8-8 ਮਹੀਨੇ ਹੋ ਗਏ ਆਪਣਾ ਘਰ ਛੱਡ ਕੇ ਉੱਥੇ ਬਾਰਡਰਾਂ 'ਤੇ ਬੈਠੇ ਆ, ਧੁੱਪ, ਹਨੇਰੀ, ਠੰਡ,
ਸਾਰਾ ਕੁਝ ਚੱਲਣ ਡੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਹੋਣੀ ਹੋਣੀ ਮੰਨ ਜੋ, ਹਮੇਸ਼ਾ ਹੀ ਸੈਂਟਰ ਵਾਲੀ ਜਿਹੜੀ ਵੀ ਸਰਕਾਰ ਹੋਵੇ ਚਾਹੇ ਜਿਹੜੀ ਵੀ ਹੋਵੇ, ਉਹਨੇ ਪੰਜਾਬ ਨਾਲ ਵਿਤਕਰਾ ਹੀ ਕੀਤਾ ਹੈ। ਕਿਵੇਂ ਦੇਖਦੇ? ਮੈਂ ਸਮਝਦਾ ਵੀ ਸ਼ੁਰੂ ਤੋਂ ਹੀ ਕਦੀ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਆ, ਕਦੀ ਸਾਨੂੰ ਕਹਿੰਦੇ ਆ ਵੀ ਇਹ ਆਪਣਾ ਆਪਣਾ ਕੀ ਅੱਤਵਾਦੀ ਕਹਿੰਦੇ ਆ, ਕੀ ਗੱਲ ਕਰਦੇ ਆ ਯਾਰ। ਵੀ ਆਉਂਦੇ ਨੇ ਅੰਦੋਲਨ ਨਹੀਂ ਜਾ ਰਹੇ, ਇਹ ਪਿਕਨਿਕ ਮਨਾ ਰਹੇ ਨੇ ਉੱਥੇ। ਹਾਂ, ਪਿਕਨਿਕ ਮਨਾ ਰਹੇ, ਆਓ ਉੱਥੇ ਸੜਕਾਂ 'ਤੇ ਬਹੁ ਸਾਡੇ ਨਾਲ, ਆਹ ਕਿਸਾਨ ਭਰਾਵਾਂ ਦੇ ਨਾਲ ਬਹੁ, ਆਓ ਇੱਥੇ ਜ਼ਿਮੀਦਾਰਾਂ ਨਾਲ ਬਹੁ, ਵਿਚਾਰਿਆਂ ਨਾਲ। ਤੱਤੀਆਂ ਸੜਕਾਂ ਦੇ ਉੱਤੇ ਅੱਜ 45 ਡਿਗਰੀ ਟੈਂਪਰੇਚਰ ਆ, ਉੱਥੇ ਬਹਿਣਾ ਸੌਖਾ, ਕਿਤੇ ਏ ਸੀ ਲੱਗੇ ਆ ਉੱਥੇ। ਲੋਕ ਮਰਨ ਡੇ ਆ, ਤੁਹਾਨੂੰ ਪਿਕਨਿਕ ਦੀ ਪਈ ਆ, ਕਿਹੜੇ ਪਿਕਨਿਕ ਮਨਾ ਰਹੇ ਆ ਯਾਰ? ਤੁਸੀਂ ਕਦੀ ਖਾਲਿਸਤਾਨੀ ਕਹਿੰਦੇ ਹੋ, ਕਦੀ ਤੁਸੀਂ ਕਹਿੰਦੇ ਹੋ ਵੀ ਇਹ ਉਗਰਵਾਦੀ ਨੇ, ਅੱਤਵਾਦੀ ਸੰਗਠਨ ਦੇ ਨਾਲ ਲਿੰਕ ਨੇ, ਇਹਨਾਂ ਨੂੰ ਫੰਡ ਆਉਂਦਾ, ਕਿਹੜਾ ਫੰਡ ਆਉਂਦਾ ਵਾ? ਤੁਸੀਂ ਈਡੀ ਦੀਆਂ ਰੇਡਾਂ ਕਰਾ ਰਹੇ ਹੋ, ਕਦੀ ਕਿਸੇ ਦੇ ਘਰ ਜੇ ਕੋਈ ਵਿਚਾਰਾ ਬੱਸ ਵਾਲਾ ਬੱਸਾਂ ਭੇਜ ਦਿੰਦਾ, ਜਾਂ ਲਾਗੋਂ ਹੋਟਲ ਵਾਲਾ ਕਮਰੇ ਖੋਲ੍ਹ ਦਿੰਦਾ, ਜਾਂ ਨਹਾਉਣ ਵਾਸਤੇ ਬਾਥਰੂਮ ਦੇ ਦਿੰਦਾ, ਉਹਨਾਂ ਦੇ ਘਰਾਂ 'ਚ ਤੁਸੀਂ ਰੇਡਾਂ ਕਰਾਉਣ 'ਤੇ ਸ਼ਰਮ ਆਉਣੀ ਚਾਹੀਦੀ ਆ? ਜੇ ਇੰਨਾ ਕੁਝ ਹੋਵੇ ਤਾਂ ਮੋਦੀ ਸਾਹਿਬ ਬਖਸ਼ਣ ਕਿਸੇ ਨੂੰ? ਕਹਿਣ ਦਾ ਮਤਲਬ ਇਹ ਆ ਵੀ ਇਹ ਬਹੁਤ ਜ਼ਿਆਦਾ ਹੰਕਾਰੀ ਹੋਈ ਪਾਰਟੀ ਆ, ਹੰਕਾਰ ਵੱਧ ਗਿਆ ਇਹਨਾਂ ਦਾ। ਮਤਲਬ ਵੀ ਅਸੀਂ GST ਲਾ ਤੀ, ਤੁਹਾਨੂੰ ਕਿ ਫਿਰ ਕਿਹੜਾ ਕੁਝ ਕਹਿ ਲਿਆ? ਜੇ ਅਸੀਂ ਭੈਣ ਉੱਥੇ ਸ਼੍ਰੀਨਗਰ ਦੇ ਵਿੱਚ 370 ਤੋੜਤੀ, ਫਿਰ ਕਿਹੜਾ ਕਹਿ ਲਿਆ? ਇਹਨਾਂ ਨੂੰ ਮੂੰਹ ਪੈ ਗਿਆ, ਇਹਨਾਂ ਦਾ ਪੰਜਾਬੀਆਂ ਨੂੰ ਵਾਹ ਨਹੀਂ ਪਿਆ, ਅੱਜ ਪਹਿਲੀ ਵਾਰੀ ਪਿਆ। ਅਤੇ ਕਦਰਾਂ ਸਾਲ ਹੋ ਗਿਆ ਖੂੰਜੇ ਲੈਣ ਲਾ ਕੇ ਰੱਖਿਆ, ਕੋਈ BJP ਦਾ ਕਦੀ? ਹੁਣ ਤੁਸੀਂ ਕਹਿ ਰਹੇ MLA ਨੂੰ ਕੁੱਟਿਆ, ਕੀ ਕਰਨ ਲੋਕ? ਤੁਹਾਡੇ ਤੀਆਂ ਆਵਾਜ਼ ਪਹੁੰਚਾਉਣ ਦਾ ਕੋਈ ਤਾਂ ਤਰੀਕਾ ਲੱਭਣਾ ਨਾ ਉਹਨਾਂ ਨੇ। ਮਤਲਬ ਬਹੁਤ ਜ਼ਿਆਦਾ ਜਿਹੜੇ ਇੱਥੇ ਅੰਮ੍ਰਿਤਸਰ ਲੱਤਾਂ ਖਿੱਚਣ ਦੇ ਨੇ ਜੋਸ਼ੀ ਸਾਹਿਬ ਦੀ, ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ, ਔਰ ਉੱਪਰਲੀ ਸਰਕਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜਿਹੜੀ ਤਮਾਸ਼ਾ ਵੇਖਣ ਡਈ ਆ। ਕਿਸਾਨ ਵਿਚਾਰੇ ਦਿਨੋਂ ਦਿਨ ਮਰ ਰਹੇ ਨੇ, ਆਪਣੀਆਂ ਪੈਲੀਆਂ ਛੱਡ ਕੇ, ਆਪਣੀ ਇਸ ਵੇਲੇ ਮਤਲਬ ਸਮਝੋ ਕਿ ਝੋਨੇ ਦਾ ਟਾਈਮ ਆ, ਝੋਨਾ ਲਾਉਣ ਡੇ ਆ ਲੋਕ, ਸ਼ਰਮ ਆਉਣੀ ਚਾਹੀਦੀ। ਉਹਨਾਂ ਦੇ ਫਸਲ ਦਾ ਟਾਈਮ ਆ, ਉਹ ਉੱਥੇ ਜਾ ਕੇ ਟਾਈਮ ਦੇਣ ਡੇ ਨੇ। ਤੁਸੀਂ ਮਤਲਬ ਇਹ ਪੰਜਾਬ ਨੂੰ ਹਮੇਸ਼ਾ ਹਰ ਸਰਕਾਰ ਨੇ ਮਾਰਿਆ, ਅਤੇ ਇਹ ਵੀ ਜਿਹੜੀ ਕਿ ਤਾਨਾਸ਼ਾਹ ਸਰਕਾਰ ਆ, ਮਤਲਬ ਮੈਂ ਸਮਝਦਾ ਵੀ ਬੜੀ ਵੱਡੀ ਜੇ ਬਲੈਂਡਰ ਮਿਸਟੇਕ ਕਰਨ ਡੇ ਪੰਜਾਬ ਦੇ ਨਾਲ ਅੜ ਕੇ। ਪੰਜਾਬੀਆਂ ਨੇ ਕਿਸੇ ਨੂੰ ਮਾਫ਼ ਨਹੀਂ ਕੀਤਾ ਅੱਜ ਦੀ। ਪੰਜਾਬ ਭਾਜਪਾ ਦੇ ਵੱਡੇ ਨੇਤਾ ਦਾ ਇਲਜ਼ਾਮ ਲਾ ਹੀ ਰਹੇ ਨੇ ਅਨਿਲ ਜੋਸ਼ੀ ਜੀ ਦੇ, ਹੁਣ ਜਿਹੜੇ ਲੋਕਲ ਲੈਵਲ ਦੇ ਬੰਦੇ ਨੇ, ਅੰਮ੍ਰਿਤਸਰ ਦੇ ਲੈਵਲ ਦੇ ਬੰਦੇ ਨੇ, ਉਹ ਵੀ ਚੈਲੰਜ ਕਰ ਰਹੇ ਨੇ ਕਿ ਜੋਸ਼ੀ ਜੀ ਇੱਕ ਵਾਰੀ ਚੋਣ ਲੜਨ ਅਤੇ ਜਮਾਨਤਾਂ ਜਿਹੜੀਆਂ ਜ਼ਬਤ ਹੋ ਜਾਂਦੀਆਂ। ਮੇਰੀ ਗੱਲ ਸੁਣੋ ਭਾਜੀ, ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਗਿੱਟੇ ਚੱਟ ਚੱਟ ਕੇ ਜੋਸ਼ੀ ਸਾਹਿਬ ਦੇ ਇੱਥੋਂ ਤੀਕਾਂ ਪਹੁੰਚੇ, ਕੌਂਸਲਰ ਬਣੇ ਆ, ਅਤੇ ਜਿਨ੍ਹਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਫੈਕਟਰੀਆਂ ਲਾ ਛੱਡੀਆਂ, ਮਤਲਬ ਵੀ ਜਿਹੜਾ ਬੰਦਾ ਲਫਾਫੇ ਲੈ ਕੇ ਮਾਰਕੀਟ 'ਚੋਂ ਲੈ ਕੇ ਵੇਚਦਾ ਹੁੰਦਾ, ਅੱਜ ਉਹਨੇ ਫੈਕਟਰੀ ਲਾ ਲਈ, ਔਰ ਉਹੀ ਬੰਦਾ ਅੱਜ ਗੱਲਾਂ ਕਰਨ ਡਿਆ ਵੀ ਜੋਸ਼ੀ ਸਾਹਿਬ ਫਲਾਣ ਆ ਜੀ, ਇਹ ਟੈਲ ਮਿਨਿਸਟਰ ਇਸ ਕਰਕੇ ਮੈਂ ਕਹਿੰਦਾ ਟੈਲ ਮਿਨਿਸਟਰ ਕਿਉਂ ਆ? ਸਾਰੇ ਸ਼ਹਿਰ ਦੇ ਵਿੱਚ ਉਹਨੇ ਇੱਕ ਇੰਚ ਜਗ੍ਹਾ ਨਹੀਂ ਰਹਿਣ ਦਿੱਤੀ ਵੀ ਜਿੱਥੇ ਕੋਈ ਕੱਚਾ ਥਾਂ ਹੋਵੇ। ਮੈਂ ਕਹਿੰਦਾ ਇਹੋ ਜਿਹੇ ਟੈਲ ਮਿਨਿਸਟਰ ਹੋਰ ਬਣ, ਜਿਹੜੇ ਲੋਕ ਕਹਿੰਦੇ ਨਾ ਉਹ ਟੈਲ ਮਿਨਿਸਟਰ ਆ, ਮੈਂ ਕਹਿੰਦਾ ਯਾਰ ਟੈਲ ਮਿਨਿਸਟਰ ਆ, ਉਹਨੇ ਦਿਨ ਰਾਤ ਇੱਕ ਕਰਕੇ 18-18 ਘੰਟੇ ਉਹ ਬੰਦੇ ਨੇ ਕੰਮ ਕੀਤਾ ਹਲਕੇ ਦੇ ਵਿੱਚ। ਮੇਰਾ ਕੋਈ ਲੈਣਾ ਦੇਣਾ ਨਹੀਂ, ਮੈਂ ਕੋਈ ਪਾਰਟੀ ਦੇ ਵਿੱਚ ਅਹੁਦੇਦਾਰ ਨਹੀਂ ਆ, ਨਾ ਹੀ ਮੈਂ ਕੋਈ ਪਾਰਟੀ ਤੋਂ ਫਾਇਦਾ ਲਿਆ, ਅਤੇ ਨਾ ਮੈਂ ਗਾਂਹ ਲੈਣਾ ਚਾਹੁੰਦਾ। ਮੇਰੀ ਆਪਣੀ ਮਹਾਰਾਜ ਨੇ ਰੋਟੀ ਬੜੀ ਵਧੀਆ ਚਲਾਈ ਹੋਈ ਆ, ਇਹ ਬੰਦਿਆਂ ਦੀ ਜਿਹੜੀ ਆ ਠੱਗੀ ਥੋੜ੍ਹੀ ਜਿਹੀ ਅਧੂਰੀ ਰਹਿ ਗਈ। ਆ ਪੱਪੂ ਮਹਾਜਨ ਹੋ ਗਿਆ, ਇੱਕ ਉਹ ਹੈਗਾ ਸੀਗਾ ਗੌਤਮ ਅਰੋੜਾ, ਮਤਲਬ ਬੋਲਣ ਦੀ ਜਾ ਨਹੀਂ, ਅੱਧਾ ਅੱਧਾ ਕਿਲੋ ਥੁੱਕ ਡਿੱਗਦਾ ਇਹਨਾਂ ਦੇ ਮੂੰਹਾਂ ਦੇ ਵਿੱਚੋਂ, ਅਤੇ ਉਹ ਬੰਦੇ ਗੱਲਾਂ ਕਰਨ ਡੇ ਜੋਸ਼ੀ ਸਾਹਿਬ ਨੂੰ। ਸ਼ਰਮ ਆਉਣੀ ਚਾਹੀਦੀ ਯਾਰ, ਨਾਲ ਖਲੋ ਕੇ ਤੁਰੋ ਵੀ ਜੋਸ਼ੀ ਸਾਹਿਬ ਅਸੀਂ ਤੁਹਾਡੇ ਨਾਲ ਹਾਂ ਜਾਂ ਤੁਸੀਂ ਸਾਡੇ ਨਾਲ ਆ ਜਾਓ। ਜੇ ਜੋਸ਼ੀ ਸਾਹਿਬ ਇਕੱਲੇ ਤੁਰੇ ਆ ਤਾਂ ਤੁਹਾਨੂੰ ਖੁਸ਼ੀ ਨਹੀਂ ਆ, ਤੁਸੀਂ ਇਕੱਲੇ ਤੁਰ ਪਓ, ਜੋਸ਼ੀ ਸਾਹਿਬ ਤੁਹਾਡੇ ਨਾਲ ਆ ਜਾਂਦੇ ਆ। ਇੱਕ ਵਾਰੀ ਮਤਲਬ ਪੰਜਾਬ ਦੇ ਹੱਕ 'ਚ ਖਲੋਵੋ ਤਾਂ ਸਹੀ, ਨਿੱਤਰ ਕੇ ਆਓ ਤਾਂ ਸਹੀ। ਵਡਾਲਾ ਸਾਹਿਬ, ਹੁਣ ਜੇ ਜੋਸ਼ੀ ਸਾਹਿਬ ਜਿਵੇਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਕੇ ਬੋਲ ਰਹੇ ਨੇ, ਜੇ ਲੋੜ ਪੈਂਦੀ ਆ ਤੁਹਾਨੂੰ ਜੋਸ਼ੀ ਸਾਹਿਬ ਨੂੰ ਸਮਰਥਨ ਦੇਣ ਦੀ, ਤਾਂ ਸਰੇਆਮ ਸਮਰਥਨ ਦੇਵੋਗੇ ਤੁਸੀਂ? ਬਿਲਕੁਲ ਜੀ, ਜੇ ਉਹ ਐਜ਼ ਏ ਆਪਣਾ ਕਿਸਾਨੀ ਹੱਕ ਦੇ ਵਿੱਚ ਸਵੇਰੇ ਕਹਿਣ ਵੀ ਆਪਾਂ ਸਾਰਿਆਂ ਦਿੱਲੀ ਜਾਣਾ, ਮੈਂ ਨਾ ਭਰ ਭਰ ਟਰਾਲੀਆਂ ਮੇਰੇ ਆਪਣੇ ਪਿੰਡਾਂ ਤੋਂ ਟਰਾਲੀਆਂ ਜਾਣਗੀਆਂ, ਬਾਬਾ ਜੀ ਦੀ ਪੂਰੀ ਮਿਹਰ ਆ, ਮਤਲਬ ਡਟ ਕੇ ਖਲੋਵਾਂਗੇ, ਪਰ ਕਿਸੇ ਪਾਰਟੀ ਦੇ ਨਾਲ ਨਹੀਂ।
ਕਿਸਾਨੀ ਦੇ ਝੰਡੇ ਦੇ ਥੱਲੇ ਜਿਹੜਾ ਮਰਜ਼ੀ ਆ ਜੇ, ਅਸੀਂ ਕਿਸਾਨਾਂ ਦੇ ਨਾਲ ਹਾਂ ਔਰ ਅਸੀਂ ਆਪ ਵੀ ਕਿਸਾਨ ਹਾਂ। ਕੀ ਜਾਪਦਾ ਜੀ ਜੋਤ ਸਾਹਿਬ ਭਾਜਪਾ ਦੇ ਵਿੱਚ ਰਹਿਣਗੇ ਜਾਂ ਪਾਰਟੀ ਬਦਲਣਗੇ? ਹੁਣ ਵੇਖੋ ਜੀ, ਇਹ ਤਾਂ ਇਸ ਵੇਲੇ ਜਿੰਨਾ ਵੱਡਾ ਮੁੱਦਾ ਹਿੰਦੁਸਤਾਨ ਦਾ ਬਣਿਆ ਆ, ਲੱਖਾਂ ਮਤਲਬ ਵੀ ਕਾਫੀ ਦੇਸ਼ਾਂ ਦੀ ਜਿਹੜੀ ਉਹ ਇਸ ਵੇਲੇ ਨਜ਼ਰ ਪੂਰੀ ਪੰਜਾਬ 'ਤੇ ਖਲੋਤੀ ਆ ਵੀ ਏਡਾ ਤਗੜਾ ਸੰਘਰਸ਼ ਵਰਲਡ ਲੈਵਲ ਦੇ ਉੱਤੇ, ਏਡਾ ਵੱਡਾ ਪ੍ਰੋਟੈਸਟ ਨਹੀਂ ਹੋਇਆ। 47 ਦੀਆਂ ਗੱਲਾਂ, ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਣ ਦੀਆਂ ਗੱਲਾਂ ਤੋਂ ਬਾਅਦ ਅੱਜ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਏਡਾ ਵੱਡਾ ਜਿਹੜਾ ਉਹ ਜੰਗ ਲੱਗੀ ਆ, ਯੁੱਧ ਲੱਗਾ ਵਾ, ਮਤਲਬ ਸ਼ਾਂਤਮਈ ਵਾਲਾ ਯੁੱਧ ਹੈ ਨਾ ਉਹ ਲੱਗਾ ਆ, ਅਤੇ ਸਾਰੇ ਦੇਸ਼ਾਂ ਦੀ ਅੱਖ ਸਾਡੇ ਉੱਤੇ ਆ। ਮਤਲਬ ਬਹੁਤ ਮਹਾਰਾਜ ਦੀ ਮਿਹਰ ਆ, ਕਿਲ੍ਹਾ ਫਤਿਹ, ਮਤਲਬ ਜਦੋਂ ਤੁਸੀਂ ਮੰਜ਼ਿਲ 'ਤੇ ਪਹੁੰਚਦੇ ਹੋ ਨਾ, ਥੋੜ੍ਹੀ ਜਿਹੀ ਰਹਿ ਜੇ ਅਤੇ ਉਹ ਔਕੜਾਂ ਆਉਂਦੀਆਂ ਨਾ, ਉਨੀ ਗਿਆ ਧੌਣ 'ਚੋਂ ਕਿਲ੍ਹਾ ਨਿਕਲ ਨਹੀਂ ਵਾਲਾ ਬੀਜੇਪੀ ਵਾਲਿਆਂ। ਇਸ ਵਾਸਤੇ ਵੀ ਉਹ ਨੀਰਜ ਵਿੜਾਲਾ ਜੀ, ਤੁਸੀਂ ਜੋਸ਼ੀ ਸਾਹਿਬ ਨਾਲ ਹੋ, ਬੀਜੇਪੀ ਨਾਲ ਹੋ ਜਾਂ ਕਿਸਾਨਾਂ ਦੇ ਨਾਲ ਹੋ? ਵੇਖੋ, ਐਜ਼ ਏ ਪਾਰਟੀ ਮੇਰੇ ਬੀਜੇਪੀ ਦੇ ਨਾਲ ਜਾਂ ਹੋਰ ਕਿਸੇ ਪਾਰਟੀ ਦੇ ਨਾਲ ਮਤਭੇਦ ਹੋ ਸਕਦੇ ਆ, ਐਜ਼ ਏ ਹਿਊਮਨ ਬੀਇੰਗ, ਐਜ਼ ਏ ਇਨਸਾਨ, ਜਿਵੇਂ ਦੀ ਉਹਨਾਂ ਨੇ ਅੱਜ ਭੂਮਿਕਾ ਨਿਭਾਈ ਆ ਪਿਛਲੇ ਕੁਝ ਦਿਨਾਂ ਤੋਂ, ਮੈਂ ਉਹਨਾਂ ਦੇ ਬਿਲਕੁਲ ਨਾਲ, ਔਰ ਮੇਰੇ ਨਾਲ ਲੱਖਾਂ ਬਾਹਾਂ, ਹਜ਼ਾਰਾਂ ਬਾਹਾਂ, ਸੌਆਂ ਦੇ ਹਿਸਾਬ ਨਾਲ ਬਾਹਾਂ ਜੁੜੀਆਂ ਹੋਈਆਂ ਨੇ। ਅਸੀਂ ਸਾਰੇ ਡਟ ਕੇ ਖਲੋਤੇ ਹਾਂ, ਜਿੱਥੇ ਜਿੱਥੇ ਕਿਸਾਨਾਂ ਦੀ ਗੱਲ ਹੋਏਗੀ, ਜਿੱਥੇ ਜਿੱਥੇ ਮਤਲਬ ਵੀ ਸਾਡੇ ਹੱਕਾਂ ਦੀ ਗੱਲ ਹੋਏਗੀ, ਜਿਹੜਾ ਬੰਦਾ ਵੀ ਸਾਡੇ ਨਾਲ ਖਲੋਵੇ, ਚਾਹੇ ਉਹ ਕਿਸੇ ਪਾਰਟੀ ਦਾ ਹੋਵੇ, ਆਪ ਦਾ ਹੋਵੇ, ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ ਹੋਵੇ, ਅਸੀਂ ਉਹਦਾ ਵੈਲਕਮ ਕਰਾਂਗੇ ਵੀ ਆਵਾਜ਼ ਤਾਂ ਚੁੱਕੀ ਨਾ, ਭਾਵੇਂ ਉਹਨੇ ਪਾਰਟੀ ਪ੍ਰਤੀ ਕੋਈ ਸੈਲਫਿਸ਼ ਹੋ ਕੇ ਚੁੱਕੀ, ਆਵਾਜ਼ ਚੁੱਕਣ ਵਾਲੇ ਬੰਦੇ ਦਾ ਮਤਲਬ ਵੀ ਹਮੇਸ਼ਾ ਰਿਗਾਰਡ ਕਰਾਂਗੇ, ਔਰ ਆਮ ਜਨਤਾ ਵੀ ਕਰ ਰਹੀ ਹੈ, ਅਸੀਂ ਵੀ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ। ਮਿਹਰਬਾਨੀ ਜੀ। ਸੋ ਇਹ ਅਸੀਂ ਸਮਾਜ ਸੇਵੀ ਵੀਰ ਨੀਰਜ ਵਿੜਾਲਾ ਜੀ, ਜਿਹਨਾਂ ਨੇ ਅੱਜ ਖੁੱਲ੍ਹ ਕੇ ਜਿਹੜਾ ਸਮਰਥਨ ਦਿੱਤਾ ਅਨਿਲ ਜੋਸ਼ੀ ਜੀ ਨੂੰ, ਉਹਨਾਂ ਕਿਹਾ ਮੈਂ ਪਾਰਟੀ ਦੇ ਨਾਲ ਨਹੀਂ ਹੈ, ਸਿਰਫ ਔਰ ਸਿਰਫ ਇਨਸਾਨੀਅਤ ਦੇ ਨਾਲ ਹੈ। ਜੇ ਅਨਿਲ ਜੋਸ਼ੀ ਨੇ ਆਵਾਜ਼ ਉਠਾਈ ਹੈ ਕਿਸਾਨਾਂ ਦੇ ਹੱਕ ਦੇ ਲਈ, ਤਾਂ ਅਸੀਂ ਵੀ ਆਵਾਜ਼ ਉਠਾ ਰਹੇ ਹਾਂ ਅਨਿਲ ਜੋਸ਼ੀ ਦੇ ਨਾਲ ਹਾਂ। ਪਰ ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਪੰਜਾਬ ਭਾਜਪਾ ਦੇ ਵਿੱਚ ਅਨਿਲ ਜੋਸ਼ੀ ਦੇ ਵਿਰੁੱਧ, ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਾਜਪਾ ਦਾ ਆਧਾਰ ਬਣਾ ਪਾਉਣਗੀਆਂ, ਔਰ ਕਿਆਸ 'ਤੇ ਵੀ ਲਾਏ ਜਾ ਰਹੇ ਨੇ ਕਿ ਅਨਿਲ ਜੋਸ਼ੀ ਜਿਹੜੇ ਪਾਰਟੀ ਛੱਡ ਰਹੇ ਨੇ, ਪਰ ਇਹ ਤਾਂ ਅਨਿਲ ਜੋਸ਼ੀ ਜੀ ਆਪ ਦੱਸ ਸਕਦੇ ਨੇ ਜਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਪਰ ਇਹ ਗੱਲ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਸਮਾਜ ਸੇਵੀ ਜਿਹੜੇ ਨੇ ਜਾਂ ਆਮ ਜਨਤਾ ਵੀ ਜਿਹੜੀ ਅਨਿਲ ਜੋਸ਼ੀ ਨੂੰ ਸਮਰਥਨ ਦੇ ਰਹੀ ਹੈ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਹੱਥ ਦੇ ਵਿੱਚ ਨਾਰਾ ਜਿਹੜਾ ਬੁਲੰਦ ਕੀਤਾ ਹੈ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਦੋਸਤ ਧਰਮਵੀਰ ਜਲਾਲੀ, ਤੁਸੀਂ ਜਿਹੜੇ ਰਹੋ ਚੈਨਲ ਪੰਜਾਬ ਦੇ ਨਾਲ।